यस बेटे, नाइन्थ डी क्लास स्टूडेंट्स, अपा माता गुजरी जी कविता लास्ट वीक कंप्लीट कीती, ओदी रीडिंग कीती और वन मार्क क्वेश्चंस कीते। अज अपा वड्डे प्रश्न करने हां तुहाडी क्लास पार्टिसिपेशन दे नाल और प्लस बेबे जी वार्तक लिखते वड्डे प्रश्न। ये तुहाडी स्पीकिंग स्किल का पार्ट है, इंटरनल असैसमेंट का। स्टार्ट करिए अपा प्राची। यस बेटे प्राची। यस मैम। माता गुजरी जी कविता नंद लाल नूरपुरी दी लिखी हुई है। इस कविता विच कवि ने माता गुजरी जी दे पाप प्रकट किते हन, जदों उन्हां दे छोटे साहिबजादे या हीरियां दी जोड़ी नूं ले जाके कंध विच चिणवाण लई ले जाया गया सी। इस विच दस्या गया है कि माता गुजरी जी जदों उन्हां नूं ठंडे ਵਿੱਚ ਰੱਖਾ ਗਿਆ ਤਾਂ ਉਹ ਘੋੜੀਆਂ ਗਾਉਂਦੇ ਸਨ ਤੇ ਆਪਣੇ ਹੀਰਿਆਂ ਦੀ ਜੋੜੀ ਨੂੰ ਆਖਦੇ ਸਨ ਕਿ ਜਦੋਂ ਉਹ ਨਿਕਲਣਗੇ ਇੱਥੋਂ ਤਾਂ ਉਹ ਉਹਨਾਂ ਨੂੰ ਲੋਹੜੀ ਵੰਡਣਗੇ। ਯੈਸ ਵੈਰੀ ਗੁੱਡ। ਤੇ ਉਹਨਾਂ ਨੂੰ ਬਹੁਤ ਬੁਰਾ ਲੱਗ ਰਿਹਾ ਸੀ, ਛੋਟੇ ਛੋਟੇ ਬੱਚਿਆਂ ਨਾਲ ਇਹ ਸਲੂਕ ਕੀਤਾ ਜਾਂਦਾ ਪਿਆ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਨਾਲ ਇੱਕ ਅਨਹੋਣੀ ਵਰਤ ਗਈ ਹੈ ਤੇ ਗੁੱਡ ਵੈਰੀ ਗੁੱਡ। ਚਲੋ ਇੱਕ ਕੁਐਸਚਨ ਦਾ ਹੁਣ ਆਨਸਰ ਬੋਲੋ, ਇੱਕ ਕੁਐਸਚਨ ਦਾ ਆਨਸਰ ਬੋਲੋ ਤੇ ਇਟ ਰੱਖ ਕੇ। ਵੈਰੀ ਗੁੱਡ। ਮਾਤਾ ਗੁਜਰੀ ਜੀ ਕਵਿਤਾ ਕਿਸ ਦੀ ਲਿਖੀ ਹੋਈ ਹੈ? ਯੈਸ ਮੈਮ। ਇੱਕ ਨਾਲ ਕੁਐਸਚਨ ਦਾ ਆਨਸਰ ਦੇਣਾ ਹੈ। ਮਾਤਾ ਗੁਜਰੀ ਜੀ ਕਵਿਤਾ ਕਿਸ ਦੀ ਲਿਖੀ ਹੋਈ ਹੈ? ਯੈਸ ਬੇਟੇ ਕਿਸ ਦੀ ਲਿਖੀ? ਮਾਤਾ ਗੁਜਰੀ ਜੀ ਕਵਿਤਾ ਨੰਦ ਲਾਲ ਨੂਰਪੁਰੀ ਦੀ ਲਿਖੀ ਗਈ ਹੈ। ਗੁੱਡ ਵੈਰੀ ਗੁੱਡ। ਚਲੋ ਦਿਵਿਆ, ਦਿਵਿਆ ਦੇ ਲਈ ਕੁਐਸਚਨ ਹੈ। ਯੈਸ ਬੇਟੇ ਦਿਵਿਆ, ਦਾਦੀ ਜੀ ਤੇ ਹੁਣੀ ਦਰਮਿਆਨ ਜੋ ਜੋ ਗੱਲਬਾਤ ਹੋਈ ਉਹਦਾ ਵਰਣਨ ਕਰੋ। ਹੋਣੀ ਦੇ ਵਿਚਕਾਰ ਗੱਲਬਾਤ ਕੀ ਹੋਈ ਹੈ? ਦਾਦੀ ਜੀ ਤੇ ਹੋਣੀ ਵਿਚਕਾਰ ਗੱਲਬਾਤ ਹੋਈ ਹੈ। ਯੈਸ ਬੇਟੇ ਦਿਵਿਆ, ਮਾਤਾ ਗੁਜਰੀ ਜੀ ਦਾਦੀ ਜੀ। ਯੈਸ ਬੇਟੇ, ਮਾਤਾ ਗੁਜਰੀ ਜੀ ਨੂੰ ਰਾਤ ਨੂੰ ਸੁਪਨਾ ਆਇਆ ਸੀ, ਇੱਕ ਸੁਪਨਾ ਆਇਆ ਸੀ ਜਿਸ ਵਿੱਚ ਉਹਨਾਂ ਨਾਲ ਹੋਣੀ ਲੜ ਪੜੀ ਪਈ ਸੀ ਅਤੇ ਜੋ ਉਹਨਾਂ ਨੂੰ ਸੁਪਨਾ ਆਇਆ ਉਹ ਸੱਚ ਵੀ ਹੋ ਗਿਆ। ਉਹਨਾਂ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਸਰਹੰਦ ਦੀ ਕੰਧ ਵਿੱਚ ਚੁਣਵਾ ਦਿੱਤਾ ਗਿਆ। ਹਾਂ, ਤੇ ਹੋਣੀ ਕੀ ਝਗੜਾ ਕਰ ਰਹੀ ਸੀ? ਉਹਨੂੰ ਕੀ ਕਹਿ ਰਹੀ ਸੀ? ਮੌਤ ਕੀ ਕਹਿ ਰਹੀ ਸੀ? ਮੈਂ ਤੇਰੇ ਪੁੱਤਰਾਂ ਨੂੰ, ਯੈਸ ਕੰਪਲੀਟ ਕਰੋ, ਮੈਂ ਤੇਰੇ ਪੁੱਤਰਾਂ ਨੂੰ ਕੀ ਕਰਨਾ? ਮੈਂ ਇੱਟ ਲੈ ਜਾਣਾ ਹੈ, ਇੱਟ ਤੇ ਇੱਟ ਰੱਖ ਕੇ ਉਹਨਾਂ ਦੀ ਚਮਕ ਨੂੰ ਲੁਕੋ ਦੇਣਾ ਹੈ, ਉਹਨਾਂ ਦੀ ਹੋਂਦ ਨੂੰ ਖਤਮ ਕਰ ਦੇਣਾ ਹੈ। ਅਜੇ ਭੈੜੇ ਸੁਪਨੇ ਨੂੰ ਦੇਖ ਕੇ ਦਾਦੀ ਜੀ ਆਪਣੇ ਪੋਤਰਿਆਂ ਨੂੰ ਕੀ ਕਰਦੇ ਨੇ? ਜੱਫੀ ਵਿੱਚ ਲਾ ਲੈਂਦੇ ਨੇ, ਜੱਫੀ ਵਿੱਚ ਲੈਣ ਲਈ ਉੱਛਲਦੇ ਨੇ, ਉਹਨਾਂ ਨੂੰ ਪਿਆਰ ਦਿੰਦੇ ਨੇ, ਕਿਤੇ ਮੇਰੇ ਪੋਤਰੇ ਮੇਰੇ ਤੋਂ ਹੋਣੀ ਲੈ ਨਾ ਜਾਏ ਝਗੜ ਕੇ। ਉਹਨਾਂ ਨੂੰ ਸੁਪਨਾ ਇਹ ਆਉਂਦਾ ਹੈ। ਵੈਰੀ ਗੁੱਡ। ਚਲੋ ਕੁਐਸਚਨ ਬੋਲੋ ਮਾਤਾ ਗੁਜਰੀ ਜੀ। ਲੈਸਨ ਦੇ ਅਕੋਰਡਿੰਗ ਛੋਟੇ ਸਾਹਿਬਜ਼ਾਦਿਆਂ ਦੇ ਨਾਮ ਦਿਵਿਆ, ਛੋਟੇ ਸਾਹਿਬਜ਼ਾਦਿਆਂ ਦੇ ਨਾਮ। ਯੈਸ ਬੇਟੇ ਦਿਵਿਆ, ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ। ਯੈਸ, ਬਾਬਾ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ। ਡਨ, ਵੈਰੀ ਗੁੱਡ, ਵੈਲ ਡਨ। ਨੈਕਸਟ, ਨੈਕਸਟ ਔਨ। ਯੈਸ ਬੇਟੇ, ਰੇਜ਼ ਯੋਰ ਹੈਂਡਸ। ਟੂ ਸਟੂਡੈਂਟਸ ਨੇ ਬਹੁਤ ਵਧੀਆ ਆਪਣਾ ਆਊਟਪੁੱਟ ਦਿੱਤੇ ਹੈ, ਕਲਾਸ ਪਾਰਟੀਸਪੇਸ਼ਨ ਬਹੁਤ ਅੱਛੀ ਰਹੀ, ਤੁਹਾਡੀ ਕਲਾਸ ਪਰਫੋਰਮੈਂਸ ਇਹ ਇੰਟਰਨਲ ਅਸੈਸਮੈਂਟ ਦਾ ਪਾਰਟ ਹੈ। ਅਗਲਾ ਕੁਐਸਚਨ ਬੋਲੋ, ਪੋਤੇ ਆਪਣੀ ਦਾਦੀ ਜੀ ਕੋਲੋਂ ਕੀ ਪੁੱਛਦੇ ਨੇ ਤੇ ਕਿਉਂ ਪੁੱਛਦੇ ਹਨ? ਇਸ ਪੈਰੇ ਦੇ ਵਿੱਚ ਕਵੀ ਨੇ ਕੀ ਕਿਹਾ, ਕੀ ਪੁੱਛਦੇ ਨੇ ਦਾਦੀ ਜੀ ਕੋਲੋਂ? ਇਹਦਾ ਆਨਸਰ ਬੋਲੋ 3-4 ਸਤਰਾਂ ਚ। ਇਹੀ ਤੁਹਾਡੀ ਸਪੀਕਿੰਗ ਸਕਿੱਲ ਦਾ ਪਾਰਟ ਹੈ। ਨੈਕਸਟ, ਫਰੋਮ ਬੋਇਸ ਸਾਈਡ, ਖਿਆਤੀ, ਜੀਆ ਮਾਗੋ, ਰੋਲ ਨੰਬਰ ਵਾਈਸ ਬੋਲ ਦੋ ਬੇਟੇ। ਆਰਿਆਨ, ਆਰਿਆਨ, ਬੱਚੇ ਆਪਣੀ ਦਾਦੀ ਜੀ ਤੋਂ ਕੀ ਪੁੱਛਦੇ ਹਨ ਤੇ ਕਿਉਂ ਪੁੱਛਦੇ ਨੇ? ਬਵਦੇਸ਼, ਦੇਖੋ ਬੇਟੇ ਜੇ ਤੁਸੀਂ ਕਲਾਸ ਪਾਰਟੀਸਪੇਸ਼ਨ ਨਹੀਂ ਦਿਓਗੇ ਤਾਂ ਤੁਹਾਡਾ ਲੋਸ ਹੈ, ਮਾਰਕਸ ਤੁਹਾਡੇ ਨਹੀਂ ਲੱਗਣੇ ਹੈਗੇ। ਯੈਸ ਬੱਚੇ, ਪ੍ਰਤੀਕਸ਼ਾ, ਬੱਚੇ ਆਪਣੇ ਦਾਦੀ ਜੀ ਤੋਂ ਪੁੱਛਦੇ ਹਨ ਕਿ ਅਸੀਂ ਆਪਣੇ ਪਿਤਾ ਜੀ ਯਾਨੀ ਕਿ ਉਹਨਾਂ ਦੇ ਦਾਦਾ ਜੀ ਨੂੰ ਕਦੋਂ ਮਿਲਣਗੇ। ਕਹਿਣ ਦਾ ਭਾਵ ਕੀ ਹੈ? ਸਾ
ਕਹਿਣ ਦਾ ਭਾਵ ਕਿ ਉਹ ਕਦੋਂ ਸ਼ਹੀਦ ਹੋਣਗੇ ਤੇ ਕਦੋਂ ਆਪਣੇ ਦਾਦਾ ਜੀ ਨੂੰ ਜਾ ਕੇ ਮਿਲਣਗੇ ਕਿ ਦਾਦਾ ਜੀ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੇ ਦਾਦਾ ਜੀ ਕੋਲ ਜਦੋਂ ਪਹੁੰਚਣਗੇ ਤਾਂ ਉਹਦੇ ਉਹਨਾਂ ਦੇ ਦਾਦਾ ਜੀ ਉਹਨਾਂ ਨੂੰ ਬੜਾ ਘੁੱਟ ਘੁੱਟ ਕੇ ਪਿਆਰ ਕਰਨਗੇ ਦਾਦੀ ਜੀ ਨੂੰ ਬੱਚਿਆਂ ਦੇ ਜੇ ਬੋਲ ਕੀ ਕਰਦੇ ਹਨ ਬਹੁਤ ਜ਼ਿਆਦਾ ਦੁਖੀ ਕਰਦੇ ਹਨ ਕਿਉਂਕਿ ਜਿਹੜੀ ਦਾਦੀ ਮਾਂ ਹੈ ਉਹ ਬੱਚਿਆਂ ਨੂੰ ਆਪਣੇ ਤੋਂ ਦੂਰ ਨਹੀਂ ਹੋਣ ਦੇਣਾ ਚਾਹੁੰਦੀ ਉਹ ਨਹੀਂ ਚਾਹੁੰਦੀ ਕਿ ਉਹਨਾਂ ਦੇ ਪੋਤਰੇ ਉਸ ਤੋਂ ਦੂਰ ਹੋ ਜਾਣ ਹਾਂਜੀ ਧੈਰਯ ਇਸੇ ਨੂੰ ਰਿਪੀਟ ਕਰੋ ਧੈਰਯ ਦਾਦੀ ਜੀ ਕੋਲੋਂ ਉਹਨਾਂ ਦੇ ਲਾਡਲੇ ਪੋਤਰੇ ਛੋਟੇ ਸਾਹਿਬਜ਼ਾਦੇ ਕੀ ਪੁੱਛਦੇ ਹਨ ਤੇ ਕਿਉਂ ਪੁੱਛਦੇ ਨੇ ਭਵਨੇਸ਼ ਅਨਮਿਊਟ ਯੋਰਸੈਲਫ ਬੋਇਸ ਵਨ ਬਾਈ ਵਨ ਹਾਂਜੀ ਬੱਚੇ ਭਵਨੇਸ਼ ਹੁਣ ਤਾਂ ਆਪਾਂ ਕਲਾਸ ਚ ਡਿਸਕਸ ਕਰ ਰਹੇ ਹਾਂ ਉਹਨੂੰ ਹੀ ਤੁਸੀਂ ਬੇਟੇ ਰਿਪੀਟ ਕਰਨਾ ਨਹੀਂ ਬੋਲੋਗੇ ਬੇਟੇ ਤੁਹਾਡੇ ਮਾਰਕਸ ਨਹੀਂ ਲੱਗਣੇ ਜਸਪ੍ਰੀਤ ਯੈਸ ਬੱਚੇ ਬੋਲੋ ਆਂਸਰ ਪੋਤਰੇ ਦਾਦੀ ਜੀ ਤੋਂ ਕੀ ਪੁੱਛਦੇ ਹਨ ਤੇ ਕਿਉਂ ਬਸ 3 ਸਟੂਡੈਂਟਸ ਦੀ ਪਾਰਟੀਸਪੇਸ਼ਨ ਅੱਜ ਦੀ ਕਲਾਸ ਵਿੱਚ ਔਰ ਮੈਂ ਕਲਾਸ 'ਚ ਮੈਂ ਤੁਹਾਨੂੰ ਆਲਰੇਡੀ ਡਿਸਕਸ ਕਰ ਚੁੱਕੀ ਹਾਂ ਕਿ ਕਲਾਸ 'ਚ ਤੁਹਾਡੀ ਸਪੀਕਿੰਗ ਸਕਿੱਲ ਹੋਣੀ ਹੈ ਔਰ ਜਿੰਨਾ ਸਿਲੇਬਸ ਤੁਸੀਂ ਕੀਤਾ ਉਹਦੇ ਬੇਸ ਤੇ ਤੁਸੀਂ ਆਂਸਰ ਦੇਣੇ ਹਨ ਨਹੀਂ ਤੁਹਾਡੀ ਕਲਾਸ ਪਾਰਟੀਸਪੇਸ਼ਨ ਹੋਈ ਤਾਂ ਤੁਹਾਡਾ ਲੋਸ ਹੋਣਾ ਹਾਂਜੀ ਬੇਟੇ ਆਰਿਅਨ ਅਨਮਿਊਟ ਯੋਰਸੈਲਫ ਆਰਿਅਨ ਆਰਿਅਨ ਅਨਮਿਊਟ ਯੋਰਸੈਲਫ ਬੱਚੇ ਹਾਂਜੀ ਬੇਟੇ ਆਰਿਅਨ ਕੁਸ਼ਚਨ ਦਾ ਆਂਸਰ ਬੋਲੋ ਦਾਦੀ ਜੀ ਕੋਲੋਂ ਬੱਚੇ ਬੱਚੇ ਤੋਂ ਭਾਵ ਛੋਟੇ ਸਾਹਿਬਜ਼ਾਦੇ ਕੀ ਪੁੱਛਦੇ ਹਨ ਤੇ ਕਿਉਂ ਪੁੱਛਦੇ ਨੇ ਸਭ ਤੋਂ ਈਜ਼ੀ ਕੁਸ਼ਚਨ ਰਿਧਿਮਾ ਰਿਧਿਮਾ ਬ੍ਰਿਜੇਸ਼ ਬੇਟੇ ਕੁਸ਼ਚਨ ਦਾ ਆਂਸਰ ਬੋਲੋ ਅਨਮਿਊਟ ਯੋਰਸੈਲਫ ਬ੍ਰਿਜੇਸ਼ ਬ੍ਰਿਜੇਸ਼ ਯੈਸ ਮੈਮ ਹਾਂ ਬੇਟੇ ਆਂਸਰ ਬੋਲੋ ਦਾਦਾ ਦਾਦੀ ਜੀ ਕੋਲੋਂ ਛੋਟੇ ਸਾਹਿਬਜ਼ਾਦੇ ਕੀ ਪੁੱਛਦੇ ਨੇ ਤੇ ਕਿਉਂ ਪੁੱਛਦੇ ਹਨ ਹਾਂ ਬੱਚੇ ਯੈਸ ਬੇਟੇ ਬੋਲੋ ਬੱਚੇ ਹਾਂਜੀ ਬ੍ਰਿਜੇਸ਼ ਬੋਲੋ ਬੱਚੇ ਆਂਸਰ ਹਾਂਜੀ ਬੱਚੇ ਟਰਨ ਆਨ ਯੋਰ ਵੀਡੀਓ ਯੈਸ ਬੇਟੇ ਤੁਹਾਡੀ ਕਲਾਸ ਪਾਰਟੀਸਪੇਸ਼ਨ ਨਹੀਂ ਹੋਣੀ ਫਿਰ ਬ੍ਰਿਜੇਸ਼ ਓਕੇ ਪਰਮੀਤ ਪਰਮੀਤ ਨੋ ਵਨ ਰੈਡੀ ਟੂ ਗਿਵ ਆਂਸਰ ਹਨਾ ਓਕੇ ਐ ਨਹੀਂ ਹੋ ਹਰਮੀਤ ਹਾਂਜੀ ਬੇਟੇ ਹਰਮੀਤ ਮਾਤਾ ਗੁਜਰੀ ਜੀ ਕਹਿੰਦੇ ਹਨ ਕਿ ਇੱਕ ਦਿਨ ਗੁਰੂ ਗੋਬਿੰਦ
सिंह जी दे दोवें साहिबजादे उन्हां नूं पुछदे सन कि दादी जी असी अपने पिता जी कोल कदों जाना है। इस बारी जदों पिता जी सानूं मिले तां असी हस हस के ते रज रज के उन्हां दे गले नाल लगना है। माता गुजरी जी कहिंदे हन कि उन्हां छोटे साहिबजादियां दा इक इक बोल मेरे कलेजे उपर बुरी तरह नाल चोट पहुंचा रहा है। माता गुजरी जी अद्धी अद्धी रात उठ के अपने पोतरिया दे विछोड़े ते मौत दे मल नूं घोड़ियां गा के प्रकट करदे हन। यस, क्योंकि ओह उहनां नूं दूर नहीं करना चाहुंदे। साहिबजादियां दे नेम बोलो बेटे, साहिबजादियां दे नेम। बाबा जोरावर सिंह जी, बाबा फतेह सिंह जी। गुड, वेरी गुड। चलो, 4 स्टूडेंट्स ही पार्टिसिपेशन हो गई है, बाकी बच्चा ने नहीं पार्टिसिपेट करना, तो बहुत अच्छी गल है, लॉस अपना ही है बेटे जे तुसी क्लास पार्टिसिपेशन नहीं देंदे। तो और तुहाडी क्लास के बच्चे 9D क्लास के बच्चे ही है जिन्हां दी लैस पार्टिसिपेशन है, क्लास पार्टिसिपेशन बहुत ही लैस है, ये गुड साइन नहीं है बच्चे। चलो आप स्टार्ट करिए हुण पत्र। नाउ लिसन, मेरे नाल नाल तुसी फॉर्मेट लिखना है और एदा कंटेंट फ्रेम करना है। तुसी डिस्कस करोगे तो आप कंटेंट लिखांगे। सब तो पहला आप गल करिए अखबार के संपादक नू वध रहे भ्रिष्टाचार दे बारे पत्र, वध रहे भ्रिष्टाचार बारे पत्र, वध रहे भ्रिष्टाचार बारे पत्र लिखो। सेकंड करांगे आप डायरेक्टर सेहत विभाग नू बारे पत्र लिखो, टाइटल लिखो बेटे अपने फेयर नोटबुक ते। यस बच्चे, मेरे नाल नाल फेयर नोटबुक ते लिखो और इहदा कंटेंट तुसी डिस्कस करो। कौन करेगा कि केड़े केड़े खेतर विच भ्रिष्टाचार ने अपना भ्रिष्टाचार का बोलबाला है, भ्रिष्टाचार ने बहुत ज्यादा पसर चुका है, जिदा के जड़ी भोली भाली जनता है, जड़ी पब्लिक है, उन्हों उदा की नुकसान है, पढ़े लिखे नौजवानों नु की नुकसान है उदा। प्रतीक्षा, हाँ जी बच्चे कंटेंट बोलो, फिर अपां करिए फॉर्मेट विद फॉर्मेट पत्र। मैम प्रिष्टा, हाँ जी, यस बच्चे, भ्रिष्टाचार बहुत ही बुरी चीज है जिसने साडे भारत नू जकड़ के रख लिया है। यह एक समस्या है जो कि उदो ही हल होवेगी जदों साडे देश दे नौजवान अगे वधनगे। भ्रिष्टाचार बहुत सारे खेतरां विच चल पिया है, जिवें किसी दा चलान कटदा है वह पुलिस वाले नू मतलब पैसे दे के अपने आप नू बचा लेंदा है। जे असी कोई पेपर देन जाइए उथे सीट फुल हो जावे ते किसे नू सीट चाहिदी होवे ओ भी भ्रिष्टाचार दे राही अपनी सीट पक्की कराउंदा है। साडे देश विच भ्रिष्टाचार ने बहुत ही पूर्ण रूप ले लिया है जो कि बहुत बुरी गल है। अगे वध के भ्रिष्टाचार नू खत्म करना चाहिदा है। गुड गुड, नहीं ते फिर लास्ट लाइन की होएगी जे आप अखबार दे संपादक नू लिखना ओदी फर्स्ट लाइन ते लास्ट लाइन बोलो कंटेंट दी। कौन बोलेगा फ्रॉम बॉय साइड? यस बेटे, फ्रॉम बॉय साइड रेज योर हैंड्स। ऑलरेडी तुसी अखबार दे संपादक नू बहुत सारे पत्र किते हुए ने बेटे, कंटेंट दे विच आपां फर्स्ट लाइन ते लास्ट लाइन की करदे हुंदे आ? जिवें इंग्लिश च तुसी एडिटर नू लिखदे हो, न्यूज़पेपर दे एडिटर नू, उहदे विच लिखदे हो ना कि कंसर्न अथॉरिटीज ने कोई सॉलिड स्टेप लैणे हुंदे। हां जी ख्याति, यस बेटे ख्याति। तनिवर बेनती है कि मैं तुहाडी अखबार दी रोजाना पाठक हां। वेरी गुड, यही थोड़ी स्पीकिंग स्किल है जो तुसी बोल दे हो इतना सोना। लास्ट लाइन च की दिन्ने आ बेटे आपां? लास्ट लाइन च
लास्ट लाइन च आप की लिखते हैं जो आप एक दस दी सिचुएशन की बनी फिर आप सुजैशन देने होंगे आप कि गल करते हैं जो अखबार के संपादक को देना क्योंकि पत्र का कंटेंट दो चीजों फोकस करके है एक है सिचुएशन एक है सुजैशन सुजैशन च की देवे यस की देवे बेटे हाँ जी बेटे ख्याति मैम लास्ट लाइन कृपा करके मेरे विचार अखबार विच छापे जान ताँ जो लोग सुचेत होन लोग सुचेत होन जागरूक होन ताँ जो भ्रिष्टाचारियों नूं वध तों वध कड़ी तों कड़ी सजा दित्ती जावे भ्रिष्टाचार नूं जड़ों खत्म किया जा सके ठीक है इहदे लई जिम्मेवार कौन ने साडियां भ्रिष्ट सरकारां ठीक है साडे देश दे बेईमान लोग घपला करन वाले लोग काला धन जोड़न वाले लोग इस भ्रिष्टाचार नूं फैलाउण दे लई जिम्मेवार ने ठीक है बच्चे हुण आपां पहला फॉर्मेट लिखिए फिर आपां कंटेंट लिखते हैं वेरी गुड यस बेटे पहला लिखिए जो निजी पत्र का फॉर्मेट है प्रीख्या भवन राइट साइड ते नाल नाल बेटे फॉर्मेट लिखो अपनी फेयर नोटबुक ते दैन केंद्र दैन शहर जे केंद्र नहीं भी लिखते तो भी ठीक है क्योंकि प्रीख्या भवन अपने आप में एक केंद्र है दैन मिति पहले पूरा फॉर्मेट लिख लो मिति पत्र का पूरा नाम लिखो ये 8 मार्क्स है पेपर विच 8 मार्क्स है जे एसे है तो 8 मार्क्स ही पत्र है ज 7 मार्क्स है मिति इन्ना लिख लिया बेटे ये निजी पत्र का भी फॉर्मेट है इन्ना ये पोर्शन का अच्छी तरह याद कर लो अपने माइंड बिठा लो कि ये तो भावे निजी पत्र आए दफ्तरी पत्र आए दोनों विच ये चीज आनी है इन्ने फॉर्मेट जड़ा है ना राइट साइड वाला ये आना ही आना इन्हू अच्छी तरह लर्न कर लो हूँ उस तो बाद गल करनी आप जिन्हों लिखना है पत्र दफ्तरी पत्र किनू लिखना अखबार के संपादक नू हूँ ये थां ते आ जांदा पंजाबी अखबार के संपादक नू क्योंकि 9th-10th विच नाल लिखा होंदा पंजाबी अखबार के संपादक नू जे कल्ला अखबार के संपादक नू आए तो आप डैश डैश अखबार डैश डैश शहर क्योंकि अखबार का नाम ही नहीं देना क्योंकि पर्टिकुलर पूछा ही नहीं कि किहड़े अखबार दे विच छापना है पर जो पर्टिकुलर एक लैंगुएज जिहड़ी लैंगुएज दा आपां पत्र लिख रहे हैं पंजाबी लिखा होया तो फिर पंजाबी अखबार का नाम मैनशन करना जरूरी है किवें स्टार्ट करांगे इस तो नैक्सट लाइन च कोई लाइन भी लीव नहीं करनी सेवा विखे लैफ्ट साइड से मार्जन लाइन नूं छोड़ के सेवा विखे तो बाद जिथे विखे लिखा किनू लिखना संपादक साहिब संपादक साहिब कौमा केड़े अखबार नू लिखना पंजाबी अखबार नू ध्यान नाल लिखो किस अखबार दे एडिटर नू लिखना किस अखबार दे संपादक नू लिखना बच्चे पंजाबी अखबार दे फिर की लिखना रोजाना अजीत जिहड़ा फेमस अखबार है साडा और साडे शहर चो ही निकलदी है अखबार रोजाना अजीत कितों निकलती है फिर उस शहर का नाम जलंधर ये अच्छी तरह याद कर लो जो पेपर विच पंजाबी अखबार आए तो पर्टिकुलर रोजाना अजीत लिखना जलंधर लिखना स्पैलिंग देख लो इन्ना पोर्शन सबनों क्लीयर उस तो अगला स्टैप की करना बेटे नैक्सट स्टैप इस तो अगे की है विशा 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 शॉर्ट फॉर्म हूँ यही लिख देना पूरा पत्र अखबार के संपादक न भ्रिष्टाचार बढ़ रहे भ्रिष्टाचार बारे बढ़ रहे भ्रिष्टाचार बारे जा संबंधी बढ़ रहे जा फैल रहे जो क्वेश्चन च लिखिया होया उदी शॉर्ट फॉर्म लैनी है हाँ एदी जगह ते आ गया बढ़ रही महंगाई बारे मैं तुहानू पहला ही डिस्कस कर लिया कि जेड़े लेख किते ने वो पत्र दे रूप च भी आने हैं बढ़ रहे प्रदूषण बारे वध रही महंगाई बारे और जेड़े तुसी लेख किते ना उहदे विचों शॉर्ट शॉर्ट फॉर्म लै लो किहड़े किहड़े कारण ने किवें ठल पाउणी है उहदियां दो दो तीन तीन लाइनां उह तुहाडा पत्र बन जाणा ईजी वे आपां करने ही उह पत्र है जेड़े लेख किते ने और मित्र नूं
ਛੋਟੇ ਭਰਾ ਨੂੰ ਕਿਵੇਂ ਲਿਖਣਾ? ਮਿੱਠਾ ਬੋਲਣ ਦੇ ਗੁਣ ਦੱਸੇ ਹੋਏ, ਮਿਠਾਸ ਤੇ ਨਿਮਰਤਾ ਧਾਰਨ ਕਰਨ ਲਈ ਨਿੱਜੀ ਪੱਤਰ, ਚੁੱਪ ਰਹਿਣ ਦੇ ਫਾਇਦੇ ਦੱਸੇ ਹੋਏ, ਬਹੁਤਾ ਬੋਲਣ ਤੋਂ ਰੋਕਣ ਲਈ ਪੱਤਰ, ਠੀਕ ਹੈ, ਮਨ ਤੇ ਕਾਬੂ ਕਰਨ ਲਈ, ਆਪਣੀਆਂ ਤ੍ਰਿਸ਼ਨਾਵਾਂ ਨੂੰ ਕਾਬੂ ਕਰਨ ਲਈ ਪੱਤਰ, ਹੰਕਾਰ ਦਾ ਤਿਆਗ ਕਰਨ ਲਈ ਪੱਤਰ, ਠੀਕ ਹੈ। ਕਿਉਂਕਿ ਦੁਨੀਆਂ ਵਿੱਚ ਵਿਚਰਦਿਆਂ, ਸਮਾਜ ਵਿੱਚ ਵਿਚਰਦਿਆਂ ਇਨਸਾਨ ਸਮਾਜਿਕ ਕੁਰੀਤੀਆਂ ਦਾ ਜਿੱਥੇ ਸ਼ਿਕਾਰ ਹੁੰਦਾ, ਉੱਥੇ ਉਹ ਆਪਣੀ ਬੋਲਬਾਣੀ ਵੀ ਗਵਾ ਬੈਠਦਾ, ਉਹਦੇ ਵਿੱਚ ਹੰਕਾਰ ਵੀ ਆ ਜਾਂਦਾ, ਉਹ ਆਪਣਾ ਨਿਮਰਤਾ ਵਾਲਾ ਗੁਣ ਵੀ ਗਵਾ ਬੈਠਦਾ। ਉਹ ਪ੍ਰੇਰਣਾ ਦੇਣੀ ਹੈ, ਜਿੰਨੇ ਆਪਾਂ ਲੇਖ ਕੀਤੇ ਨੇ, ਸਮੇਂ ਦੀ ਕਦਰ ਕਰਨ ਲਈ ਪੱਤਰ, ਮਾਤ ਭਾਸ਼ਾ ਨਾਲ ਰੁੱਖਾ ਵਤੀਰਾ ਰੋਕਣ ਲਈ ਪੱਤਰ, ਠੀਕ ਹੈ, ਇਹ ਸਾਰੇ ਹੀ ਲੇਖ ਪੱਤਰ ਦੇ ਰੂਪ ਵਿੱਚ ਵੀ ਆ ਸਕਦੇ ਹੈ ਤੇ ਲੇਖ ਦੇ ਰੂਪ ਵਿੱਚ। ਕਲੀਅਰ? ਇਹ ਜਿਹੜਾ ਲੇਖ, ਜਿਹੜਾ ਪੱਤਰ ਅੱਜ ਕਰ ਰਹੇ ਹਾਂ, ਇਹ ਆਪਾਂ ਕਮਿੰਗ ਵੀਕ ਵਿੱਚ ਇਹਦਾ ਲੇਖ ਕਰਨਾ ਆਪਾਂ ਪ੍ਰੋਪਰ ਵੇ ਨਾਲ। ਹੁਣ ਆਪਾਂ ਗੱਲ ਕਰੀਏ ਕੰਟੈਂਟ ਦੀ। ਸ਼੍ਰੀ ਮਾਨ ਜੀ ਲਿਖ ਕੇ, ਸ਼੍ਰੀ ਮਾਨ ਜੀ, ਠੀਕ ਹੈ, ਇੱਥੋਂ ਤੱਕ ਤੁਹਾਡਾ ਫਾਰਮੈਟ ਹੋ ਗਿਆ। ਕਲੀਅਰ ਹੈ ਬੱਚੇ? ਕਲੀਅਰ ਹੈ? ਹੁਣ ਆਪਾਂ ਗੱਲ ਕਰੀਏ ਐਂਡ ਵਾਲਾ ਕੀ ਲਿਖਣਾ ਫਾਰਮੈਟ। ਇਸ ਤੋਂ ਬਾਅਦ ਆਪਾਂ ਕੰਟੈਂਟ ਡਿਸਕਸ ਕਰਾਂਗੇ, ਐਂਡ ਵਾਲਾ ਕੀ ਲਿਖਣਾ? ਇੱਥੇ ਸੈਂਟਰ 'ਚ ਲਿਖਾਂਗੇ ਧੰਨਵਾਦ, ਧੰਨਵਾਦ। ਉਸ ਤੋਂ ਬਾਅਦ ਰਾਈਟ ਸਾਈਡ ਤੇ ਹੀ ਜਿੱਥੇ ਪ੍ਰੀਖਿਆ ਭਵਨ ਲਿਖਿਆ ਉਹਦੇ ਪੈਰਲਰ ਬੋਟਮ ਸਾਈਡ ਤੇ ਨੀਚੇ ਵਾਲੀ ਰਾਈਟ ਸਾਈਡ ਤੇ ਆਪ ਜੀ ਦਾ ਸ਼ੁਭ ਚਿੰਤਕ, ਠੀਕ ਹੈ ਬੱਚੇ, ਦੈਨ ਨਾਮ, ਦੈਨ ਪਤਾ। ਹਾਂ, ਨਾਮ ਜੇ ਡੈਸ਼ ਡੈਸ਼ ਨਾਮ ਦੀ ਜਗ੍ਹਾ ਤੇ ਤੁਸੀਂ ਊੜਾ ਐੜਾ ਈੜੀ ਲਿਖ ਦਿੰਦੇ ਹੋ ਉਹ ਵੀ ਠੀਕ ਹੈ, ਠੀਕ ਹੈ, ਕਲੀਅਰ ਹੈ। ਹੁਣ ਆਪਾਂ ਗੱਲ ਕਰੀਏ, ਇਹ ਤਾਂ ਸੀ ਨੀਚੇ ਵਾਲਾ ਫਾਰਮੈਟ, ਧੰਨਵਾਦ ਆ ਗਿਆ। ਹੁਣ ਆਪਾਂ ਕੰਟੈਂਟ ਨੂੰ ਡਿਸਕਸ ਕਰੀਏ। ਆਲਰੇਡੀ ਖਿਆਤੀ ਨੇ ਬੋਲਿਆ, ਪ੍ਰਤੀਕਸ਼ਾ ਨੇ ਬੋਲਿਆ, ਬਹੁਤ ਅੱਛਾ ਬੋਲਿਆ ਕਿ ਆਪਾਂ ਟੂ ਦੀ ਪੁਆਇੰਟ ਗੱਲ ਕਰਨੀ ਹੈ, ਪੱਤਰ ਵਿੱਚ ਪੱਤਰ ਦਾ ਲੇਖ ਨਹੀਂ ਬਣਾਉਣਾ ਹੈ। ਸਮੀਮਰ ਬੇਨਤੀ ਹੈ ਕਿ ਮੈਂ ਆਪ ਜੀ ਦੇ ਅਖਬਾਰ ਵਿੱਚ ਵੱਧ ਰਹੇ ਭ੍ਰਿਸ਼ਟਾਚਾਰ ਦੇ ਬਾਰੇ ਵਿਚਾਰ ਕਰਨਾ ਚਾਹੁੰਦਾ, ਪੱਤਰ ਦੇਣਾ ਚਾਹੁੰਦਾ, ਵਿਚਾਰ ਲਿਖਣਾ ਚਾਹੁੰਦਾ। ਯੈਸ ਬੱਚੇ, ਜੀਆ ਜੀਆ, ਯੈਸ ਬੱਚੇ, ਐਨੀ ਡਾਊਟ ਜੀਆ? ਹਾਂਜੀ ਬੱਚੇ, ਜੀਆ ਨਾਮ ਕੰਟੈਂਟ ਹੀ ਬੋਲਣਾ ਤਾਂ। ਹਾਂ ਬੋਲੋ ਬੇਟੇ, ਯੈਸ ਬੋਲੋ ਬੱਚੇ। ਸਨਿਮਰ ਬੇਨਤੀ ਇਹ ਹੈ ਕਿ ਮੈਂ ਡੈਸ਼ ਡੈਸ਼ ਮੁਹੱਲੇ ਦੀ ਰਹਿਣ ਵਾਲੀ ਹਾਂ, ਮੈਂ ਤੁਹਾਡੇ ਅਖਬਾਰ ਦੀ ਰੋਜ਼ਾਨਾ ਪਾਠਕਾ ਹਾਂ। ਤੁਹਾਨੂੰ ਤਾਂ ਪਤਾ ਹੀ ਹੋਊਗਾ ਕਿ ਸਾਡੇ ਦੇਸ਼ ਵਿੱਚ ਭ੍ਰਿਸ਼ਟਾਚਾਰ ਦਿਨ ਪ੍ਰਤੀ ਦਿਨ ਨਿਰੰਤਰ ਵੱਧਦਾ ਹੀ ਜਾ ਰਿਹਾ ਹੈ। ਵੈਰੀ ਗੁੱਡ। ਅੱਜ ਕੱਲ ਭ੍ਰਿਸ਼ਟਾਚਾਰ ਇੰਨਾ ਵੱਧ ਗਿਆ ਹੈ ਕਿ ਲੋਕਾਂ ਨੂੰ ਇਹ ਆਮ ਜਿਹੀ ਗੱਲ ਲੱਗਦੀ ਹੈ, ਜਿਵੇਂ ਲੋਕ ਜਦੋਂ ਨਿਯਮਾਂ ਦਾ ਪਾਲਣ ਨਹੀਂ ਕਰਦੇ ਤਾਂ ਉਹ ਪੈਸੇ ਦੇ ਕੇ ਆਪਣੀ ਸਜ਼ਾ ਮਾਫ਼ ਕਰਾ ਲੈਂਦੇ ਹਨ। ਮੈਨੂੰ ਉਮੀਦ ਹੈ ਕਿ ਤੁਸੀਂ ਮੇਰੀ ਗੱਲ ਨੂੰ ਸਮਝਦੇ ਹੋਏ ਇਸ ਨੂੰ ਆਪਣੇ ਅਖਬਾਰ ਵਿੱਚ ਜ਼ਰੂਰ ਛਾਪੋਗੇ। ਧੰਨਵਾਦ। ਵੈਰੀ ਗੁੱਡ। ਆਪਾਂ ਕੀ ਲਿਖਣਾ? ਸਨਿਮਰ ਬੇਨਤੀ ਹੈ ਕਿ ਮੈਂ ਆਪ ਜੀ ਦੇ ਅਖਬਾਰ ਵਿੱਚ ਵੱਧ ਰਹੇ ਭ੍ਰਿਸ਼ਟਾਚਾਰ ਬਾਰੇ ਦੱਸਣਾ ਚਾਹੁੰਦਾ ਹਾਂ। ਅਸੀਂ ਦੇਖਦੇ ਹਾਂ ਕਿ ਅੱਜ ਦੇ ਦੌਰ ਵਿੱਚ, ਅਜੋਕੇ ਆਪਣੇ ਦੇਸ਼ ਵਿੱਚ, ਭਾਰਤ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਹਰ ਪਾਸੇ ਭ੍ਰਿਸ਼ਟਾਚਾਰ ਬੁਰੀ ਤਰ੍ਹਾਂ ਫੈਲਿਆ ਹੋਇਆ। ਅੱਜ ਹਰ ਇੱਕ ਦਾ ਮਕਸਦ ਪੈਸਾ ਕਮਾਉਣਾ ਹੈ, ਹਰ ਕੋਈ ਪੈਸੇ ਕਮਾਉਣ ਦੀ ਦੌੜ ਵਿੱਚ ਲੱਗਿਆ, ਜਾਇਜ਼ ਨਜਾਇਜ਼ ਤਰੀਕੇ ਦੇ ਨਾਲ ਪੈਸਾ ਕਮਾਉਣ ਵਿੱਚ ਲੱਗਿਆ ਹੋਇਆ। ਸਮਾਜ ਵਿੱਚ ਅੱਜ ਭ੍ਰਿਸ਼ਟਾਚਾਰ ਕਰਕੇ ਹੋਰ ਬਹੁਤ ਸਾਰੀਆਂ ਬੁਰਾਈਆਂ ਪ੍ਰਧਾਨ ਹੋ ਗਈਆਂ ਨੇ। ਔਰ ਭ੍ਰਿਸ਼ਟਾਚਾਰ ਦਾ ਮੂਲ ਕਾਰਨ ਕੀ ਹੈ? ਮਹਿੰਗਾਈ ਹੈ, ਬੇਰੁਜ਼ਗਾਰੀ ਹੈ, ਵੱਧਦੀ ਆਬਾਦੀ ਹੈ। ਅੱਜ ਜੇ ਅਸੀਂ ਹਰ ਖੇਤਰ ਵਿੱਚ ਦੇਖੀਏ, ਵਿਦਿਅਕ ਖੇਤਰਾਂ ਵਿੱਚ ਪੈਸਾ ਦਿੱਤੇ ਬਿਨਾਂ ਨਰਸਰੀ ਤੋਂ ਲੈ ਕੇ ਉਚੇਰੀ ਪੜ੍ਹਾਈ ਤੱਕ ਦਾਖਲਾ ਨਹੀਂ ਹੋ ਸਕਦਾ। ਔਰ ਪੈਸਾ ਦੇ ਕੇ ਹੀ ਲੋਕ ਨਕਲ ਦੀ ਰੁਚੀ ਨੂੰ ਅਜਿਹਾ ਉਕਸਾਉਂਦੇ ਹਨ ਕਿ ਨਕਲ ਕਰਕੇ ਵਿਦਿਆਰਥੀ ਫੋਕੀਆਂ ਡਿਗਰੀਆਂ ਪ੍ਰਾਪਤ ਕਰਦੇ ਨੇ। ਔਰ ਵਪਾਰਕ ਖੇਤਰ ਵਿੱਚ ਮਿਲਾਵਟਖੋਰਾਂ ਵੱਲ ਦੇਖੀਏ ਤਾਂ ਮਿਲਾਵਟਖੋਰਾਂ ਨੇ ਤਾਂ ਲੋਕਾਂ ਦੀ ਜਾਨ ਦੀ ਕੋਈ ਪਰਵਾਹ ਹੀ ਨਹੀਂ ਹੈ। ਚੀਜ਼ਾਂ ਵਿੱਚ ਮਿਲਾਵਟ ਕਰਕੇ ਲੋਕਾਂ ਦੀ ਜ਼ਿੰਦਗੀ ਬਿਮਾਰੀਆਂ ਦੇ ਲੇਖੇ ਲੱਗ ਰਹੀ ਹੈ। ਰਾਜਨੀਤਿਕ ਖੇਤਰ ਵਿੱਚ ਤਾਂ ਇਸਦਾ ਰੂਪ ਵਿਕਰਾਲ ਰੂਪ ਦੇਖਣ ਨੂੰ ਮਿਲਦਾ ਕਿ ਚੋਣਾਂ ਦੇ ਦਿਨਾਂ ਵਿੱਚ ਬੇਈਮਾਨ ਨੇਤਾ ਵੋਟਾਂ ਲੈਣ ਦੇ ਲਈ ਕਿਸ ਤਰ੍ਹਾਂ ਕਾਲੇ ਧਨ ਦੀ ਵਰਤੋਂ ਕਰਦੇ ਨੇ, ਤੇ ਬਾਅਦ ਵਿੱਚ ਜਦੋਂ ਕੁਰਸੀ ਮਿਲ ਜਾਂਦੀ, ਸੱਤਾ 'ਚ ਆ ਜਾਂਦੇ ਨੇ, ਤਾਂ ਉਸ ਜਿਹੜਾ ਪੈਸਾ ਖਰਚਿਆ ਵੋਟਾਂ ਦੇ ਦਿਨਾਂ ਵਿੱਚ, ਚੋਣਾਂ ਦੇ ਦਿਨਾਂ ਵਿੱਚ, ਉਸਨੂੰ ਪੂਰਾ ਕਰਦੇ ਨੇ।
अपनी जेबां भर भर के लोगों का खून चूस चूस के। तो जे गल करिए सरकारी अदारियां विच, कोई भी सरकारी अदारा देख लो, पुलिस महकमा देख लो, अदालतों देख लो, चांदी की जुत्ती मारे बिना कोई काम नेपरे नहीं चढ़ता। अजे हैं भ्रिष्टाचार का रूप। भ्रिष्टाचार को जब तक दूर नहीं किया जाता तो जड़ी पढ़ी लिखी नौजवान पीढ़ी है उन्हां दी योग्यता का मुल नहीं पै सकता। ये लाइन लिखनी है। भ्रिष्टाचार को दूर करने लिए नेतावां नूं अपना किरदार उच्चा सुचा करन दी लोड़ है, ईमानदारी के रस्ते ते चलन दी लोड़ है। स्कूलां कॉलेजां विच विद्यक अदारियां विच योग्यता का सही मुल पाया जाए। योग्यता के आधार पर एडमिशन होनी चाहिए है, दाखला तो होना चाहिए। यह नहीं पैसा दे के दाखला करवा लिया मैडिकल दे विच, इंजीनियरिंग दे विच, व्यापारिक जड़े खेत्र विच लोग ने मिलावटखोरां नूं रंगे हत्थी फड़िया चाहे। राजनीतिक खेत्र विच नेतावां नूं झूठे लारे नहीं लाने चाहिए, जनता नाल किते लारिया नूं पूरा करना चाहिए, उन्हां दीआं जरूरतां नूं पूरा करना चाहिए। अजे सारे स्टैप करन नाल सदाचारक कीमतां नूं अपनाउणा जरूरी है, मोरल वैल्यूज नूं। अजिहा सब कुछ करन नाल ही भ्रिष्टाचार नूं ठल पाई जा सकदी है। कृपा करके मेरे विचार अखबार विच छापे जाण तां जो लोग सुचेत होण, लोकां विच जागरूकता आए, तां जो नेता लोग अपना किरदार उच्चा सुचा कर सकन, जनता दे लई इक एग्जाम्पल बन सकन। क्लियर है बेटे? धन्यवाद। आप जी का शुभचिंतक उड़ा एड़ा इड़ी नाम दे तौर ते। और दैन पता किसी नूं कोई डाउट होए तां दसो बच्चे। कंटेंट क्लीयर होया बच्चे सब नूं? हाँ जी बच्चे। चलो ये पत्र तुसी अपनी फेयर नोटबुक ते कर लेना बेटे, ठीक है बच्चे। और नैक्सट पत्र आपां नैक्सट क्लास विच डिस्कस करांगे। और अपने आप नूं स्पीकिंग स्किल दे लई क्लास विच क्लास पार्टिसिपेशन जरूर दिया करो। थैंक यू।